ਬਰਾਵੋ, ਮੇਰਾ ਨਾਮ ਰਾਕੇਸ਼ ਰਮਨ ਹੈ। ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹਾਂ ਔਰ ਅੱਜ ਕੱਲ੍ਹ ਦਿੱਲੀ ਰਹਿ ਰਿਹਾ ਹਾਂ। ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ। ਮੈਂ ਆਪਣਾ ਜਰਨਲਿਜ਼ਮ ਦਾ ਕੈਰੀਅਰ ਉੱਥੋਂ ਚੰਡੀਗੜ੍ਹ ਤੋਂ ਇੰਗਲਿਸ਼ ਟ੍ਰਿਬਿਊਨ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਕਾਫੀ ਜਗ੍ਹਾ ਦੇ ਉੱਤੇ ਐਜ਼ ਏ ਜਰਨਲਿਸਟ ਕੰਮ ਕਰਨ ਤੋਂ ਬਾਅਦ ਮੈਂ ਅੱਜ ਕੱਲ੍ਹ ਪਿਛਲੇ 12 ਜਾਂ 13 ਸਾਲ ਤੋਂ ਆਪਣੀਆਂ ਗਲੋਬਲ ਨਿਊਜ਼ ਸਰਵਿਸਿਜ਼ ਚਲਾ ਰਿਹਾ ਹੈਗਾ ਔਨ ਮਲਟੀਪਲ ਸਬਜੈਕਟਸ ਐਂਡ ਔਨ ਮਲਟੀਪਲ ਸਾਈਟਸ, ਨਿਊਜ਼ ਸਾਈਟਸ। ਤਾਂ ਅੱਜ ਮੈਂ ਤੁਹਾਡੇ ਨਾਲ ਇਹ ਜਿਹੜਾ ਸ਼ਰਾਬ ਘੁਟਾਲਾ ਹੈਗਾ, ਜਿਹੜਾ ਦਿੱਲੀ ਦਾ ਸ਼ਰਾਬ ਘੁਟਾਲਾ ਹੈਗਾ, ਉਹੀ ਵਾਲਾ ਘੁਟਾਲਾ ਕਹਿ ਰਹੇ ਹੈਗੇ ਹੈ ਕਿ ਪੰਜਾਬ ਦੇ ਵਿੱਚ ਵੀ ਹੋਇਆ ਹੈਗਾ। ਇਹ ਵੈਸੇ ਕਾਫੀ ਦਿਨ ਤੋਂ ਗੱਲ ਚੱਲ ਰਹੀ ਹੈਗੀ ਹੈ, ਪਰ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ CBI ਨੇ ਕਿਹਾ ਹੈਗਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਜਿਹੜਾ ਸ਼ਰਾਬ ਘੁਟਾਲਾ, ਜਿਹਨੂੰ ਲਿਕਰ ਸਕੈਮ ਕਹਿੰਦੇ ਹੈਗੇ ਹੈ, ਉਹ ਹੋਇਆ ਹੈਗਾ, ਉਹਨੂੰ ਵੀ ਅਸੀਂ ਇਨਵੈਸਟੀਗੇਟ ਕਰਨਾ ਚਾਹੁੰਦੇ ਹੈਗੇ ਹਾਂ, ਜਿਸ ਤਰ੍ਹਾਂ ਅਸੀਂ ਦਿੱਲੀ ਦਾ ਸ਼ਰਾਬ ਘੁਟਾਲਾ ਜਿਹੜਾ ਲਿਕਰ ਸਕੈਮ ਹੈਗਾ ਜਾਂ ਲਿਕਰ ਸਕੈਂਡਲ ਜਿਹਨੂੰ ਕਹਿੰਦੇ ਹੈ, ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ, ਉਸ ਤਰ੍ਹਾਂ ਹੀ ਅਸੀਂ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਹੈਗੇ ਹਾਂ। ਕਿਉਂਕਿ ਜੋ ਦਿੱਲੀ ਵਾਲੀ ਲਿਕਰ ਪੋਲਿਸੀ, ਇਹਨੂੰ ਐਕਸਾਈਜ਼ ਪੋਲਿਸੀ ਵੀ ਕਹਿੰਦੇ ਹੈਗੇ ਹੈ, ਉਹੀ ਪੋਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੈਗੀ ਹੈ। ਤਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਲੀਡਰ ਜਿਹੜੇ ਹੈਗੇ ਹੈ, ਉਹ ਪੋਲੀਟੀਸ਼ੀਅਨਸ ਜਿਹੜੇ ਜਿਨ੍ਹਾਂ ਨੂੰ ਜੇਲ੍ਹ ਹੋਈ ਹੈਗੀ ਹੈ, ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹੈ, ਮਨੀਸ਼ ਸਿਸੋਦੀਆ ਹੈ, ਸੰਜੇ ਸਿੰਘ ਹੈ, ਔਰ ਸਤਿੰਦਰ ਜੈਨ ਦੇ ਕੋਲੋਂ ਵੀ ਇਹਦੇ ਬਾਰੇ ਥੋੜ੍ਹੀ ਇਨਵੈਸਟੀਗੇਟ ਹੋਈ ਸੀ, ਉਹ ਜਿਸ ਤਰ੍ਹਾਂ ਉਹਨਾਂ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੈਗਾ ਸੀ, ਜਾਂ ਕੇਜਰੀਵਾਲ ਤਾਂ ਪਿਛਲੇ 5 ਮਹੀਨੇ ਤੋਂ ਜੇਲ੍ਹ ਦੇ ਵਿੱਚ ਹੀ ਹੈ, ਉਸ ਤਰ੍ਹਾਂ ਹੀ ਇਹ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨਸ ਹੈਗੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਵੀ ਜੇਲ੍ਹ ਹੋ ਸਕਦੀ ਹੈ। ਇਸ ਲਈ ਸੁਪਰੀਮ ਕੋਰਟ ਨੇ ਕੱਲ੍ਹ CBI ਨੇ ਕਿਹਾ ਹੈ ਕਿ ਸਾਨੂੰ ਇਹ ਪਰਮਿਸ਼ਨ ਦਿੱਤੀ ਜਾਏ ਕਿ ਅਸੀਂ ਪੰਜਾਬ ਦੇ ਵਿੱਚ ਵੀ ਇਹਨੂੰ ਇਨਵੈਸਟੀਗੇਟ ਕਰ ਸਕੀਏ। ਇਹਨੂੰ ਜਿਹੜਾ ਸ਼ਰਾਬ ਘੁਟਾਲਾ ਹੈਗਾ, ਜਿਹੜਾ ਸ਼ਰਾਬ ਦੇ ਵਿੱਚ ਕਰਪਸ਼ਨ ਹੋਈ ਹੈਗੀ ਹੈ ਪੋਲਿਸੀ ਬਣਾਉਣ ਦੇ ਵਿੱਚ, ਕਈ ਐਸਟੀਮੇਟਸ, ED ਦੇ ਐਸਟੀਮੇਟਸ ਦੇ ਹਿਸਾਬ ਨਾਲ 2,500 ਕਰੋੜ ਤੋਂ ਵੀ ਜ਼ਿਆਦਾ ਦਾ ਇਹਦੇ ਵਿੱਚ ਸਕੈਂਡਲ ਹੈ, ਠੀਕ ਹੈ, ਐਮਬੈਜ਼ਲਮੈਂਟ ਹੈ, ਔਰ 100 ਕਰੋੜ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਪੈਸਾ ਜਿਹੜਾ ਹੈਗਾ ਰਿਸ਼ਵਤ ਦੇ ਰਾਹੀਂ ਉਹ ਗਿਆ ਹੈਗਾ ਆਮ ਆਦਮੀ ਪਾਰਟੀ ਨੂੰ। ਇਹ ਜਿਹੜੇ ਕੋਰਟ ਦੇ ਵਿੱਚ ਡਾਕੂਮੈਂਟਸ ਹੈ ਉਹ ਇਹ ਕਹਿੰਦੇ ਆ। ਹੁਣ ਜਿਹੜੀ ED ਹੈਗੀ ਹੈ, ਉਹ ਤਾਂ ਹਰੇਕ ਸਟੇਟ ਦੇ ਵਿੱਚ, ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਹੈਗੀ ਹੈ ਜਾਂ ਕਿਸੇ ਦੇ ਉੱਤੇ ਵੀ ਕੇਸ ਚਲਾ ਸਕਦੀ ਹੈ, ਪਰ CBI ਨੂੰ ਇਹ ਜਿਹੜੀ ਹੈਗੀ ਹੈ ਪਰਮਿਸ਼ਨ ਲੈਣੀ ਪੈਂਦੀ ਹੈ ਉਹ ਸਟੇਟ ਗੌਰਮੈਂਟ ਤੋਂ, ਜਿਸ ਸਟੇਟ ਗੌਰਮੈਂਟ ਦੇ ਵਿੱਚ ਇਹਨੇ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਹੈ। ਤਾਂ ਪੰਜਾਬ ਗੌਰਮੈਂਟ, ਇਹ ਭਗਵੰਤ ਮਾਨ ਦੀ ਜਿਹੜੀ ਗੌਰਮੈਂਟ ਹੈਗੀ ਹੈ, ਇਹ CBI ਨੂੰ ਪਰਮਿਸ਼ਨ ਨਹੀਂ ਦੇ ਰਹੀ। ਇੱਥੋਂ ਹੀ ਪਤਾ ਚੱਲਦਾ ਹੈਗਾ ਕਿ ਜਿਹੜਾ ਉਹਨੂੰ CBI ਨੂੰ ਪਰਮਿਸ਼ਨ ਨਹੀਂ ਦੇ ਰਹੇ ਕਿ ਇਹਦੇ ਉੱਥੇ 1,000 ਕਰੋੜ ਰੁਪਏ ਦੀ ਇਹਦੇ ਵਿੱਚ ਰਿਸ਼ਵਤ ਲਈ ਗਈ ਹੈਗੀ ਹੈ ਪੰਜਾਬ ਸ਼ਰਾਬ ਘੁਟਾਲੇ ਦੇ ਵਿੱਚ। ਇਹਦੇ ਉੱਤੇ ਮੈਂ ਇੱਕ ਅੱਜ ਆਰਟੀਕਲ ਕੰਪਰੀਹੈਂਸਿਵ, ਵੈਸੇ ਤਾਂ ਮੈਂ ਕਈ ਸਾਲਾਂ ਤੋਂ ਲਿਖ ਰਿਹਾ ਹੈਗਾ ਇਹਦੇ ਉੱਤੇ, ਲੇਕਿਨ ਅੱਜ ਮੈਂ ਇੱਕ ਕੰਪਰੀਹੈਂਸਿਵ ਆਰਟੀਕਲ ਲਿਖਿਆ, ਉਹਦਾ ਲਿੰਕ ਮੈਂ ਇਹਦੇ ਵੀਡੀਓ ਦੇ ਥੱਲੇ ਛੱਡ ਦਿਆਂਗਾ। ਤੁਸੀਂ ਉਸੇ ਲਿੰਕ ਨੂੰ, ਸਿਰਫ ਇੱਕ ਲਿੰਕ ਨੂੰ ਹੀ ਕਲਿੱਕ ਕਰੋਗੇ, ਉਹਦੇ ਵਿੱਚ ਜਿਹੜੇ ਅੱਗੇ ਲਿੰਕਸ ਹੈਗੇ ਉਸ ਤੋਂ ਤੁਹਾਨੂੰ ਸਾਰਾ ਇਸ ਆਮ ਆਦਮੀ ਪਾਰਟੀ ਦੇ ਜਿਹੜੇ ਕਰਪਸ਼ਨ ਸਕੈਂਡਲਸ ਹੈਗੇ ਆ ਉਹ ਸਾਰੇ ਤੁਹਾਨੂੰ ਪਤਾ ਚੱਲ ਜਾਣਗੇ ਇੱਕ ਲਿੰਕ ਨੂੰ, ਜੇ ਤੁਸੀਂ ਕਲਿੱਕ ਕਰੋਗੇ, ਜਿਹੜਾ ਮੈਂ ਅੱਜ ਆਰਟੀਕਲ ਲਿਖਿਆ ਹੈਗਾ ਉਹਦਾ ਲਿੰਕ ਮੈਂ ਇਸ ਵੀਡੀਓ ਦੇ ਥੱਲੇ ਛੱਡ ਦਾਂਗਾ। ਹੁਣ ਜਿਹੜਾ ਕਾਂਗਰਸ ਨੇ ਵੀ ਗਵਰਨਰ ਨੂੰ ਇੱਕ ਪਟੀਸ਼ਨ ਦਿੱਤੀ ਹੈਗੀ ਹੈ, ਯਾਨੀ ਕਿ ਐਪਲੀਕੇਸ਼ਨ ਦਿੱਤੀ ਹੈ ਕਿ ਜਿਹੜੇ ਪੰਜਾਬ ਗੌਰਮੈਂਟ ਦੇ ਵਿੱਚ ਜਿੰਨੀ ਕਰਪਸ਼ਨ ਹੋ ਰਹੀ ਹੈਗੀ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਗਵਰਨਰ ਨੂੰ ਦਿੱਤੀ ਸੀ।
ਸ਼ਾਇਦ ਪਿਛਲੇ ਸਾਲ ਦਿੱਤੀ ਸੀ, ਉਸੀ ਤਰ੍ਹਾਂ ਦੇ ਕਿ ਵੀ ਇਹ ਸਾਰੇ ਕਰਪਸ਼ਨ ਜਿੰਨੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹਨੂੰ ਇਨਵੈਸਟੀਗੇਟ ਕਰਵਾਇਆ ਜਾਏ। ਔਰ ਉਸੀ ਤਰ੍ਹਾਂ ਦੇ ਨਾਲ ਹੀ ਸੁਖਬੀਰ ਬਾਦਲ ਜਿਹੜਾ ਅਕਾਲੀ ਦਲ ਦਾ ਲੀਡਰ ਹੈਗਾ, ਇਹਨੇ ਵੀ ਪੰਜਾਬ ਗਵਰਨਰ ਨੂੰ ਇੱਕ ਉਹ ਦਿੱਤੀ ਸੀ ਕੰਪਲੇਂਟ ਕਿ ਇਹ ਜਿਹੜਾ ਹੈਗਾ ਲੀਕਰ ਸਕੈਮ, ਯਾਨੀ ਕਿ ਜਿਹੜਾ ਸ਼ਰਾਬ ਦਾ ਕਰਪਸ਼ਨ ਹੈਗੀ ਹੈ, ਇਹਦੇ ਵਿੱਚ ਉਹਨੇ ਐਸਟੀਮੇਟ ਕੀਤਾ ਸੀ 500 ਕਰੋੜ ਰੁਪਏ ਦਾ ਵੀ ਕਰਪਸ਼ਨ ਹੋਈ ਹੈਗੀ ਹੈ, ਸੁਖਬੀਰ ਬਾਦਲ ਨੇ ਆਪਣੀ ਕੰਪਲੇਂਟ ਦੇ ਵਿੱਚ ਕਿਹਾ ਸੀ। ਪਰ ਇਹ 500 ਕਰੋੜ ਦੀ ਨਹੀਂ ਹੈ, ਇਹ ਕਈ ਗੁਣਾ ਉਸ ਤੋਂ ਜ਼ਿਆਦਾ ਹੈਗੀ ਹੈ ਕਰਪਸ਼ਨ। ਜਿਸ ਵੇਲੇ ED ਜਾਂ CBI ਇਹਨੂੰ ਇੱਕ ਟਰਾਂਸਪੇਰੈਂਟਲੀ ਇਨਵੈਸਟੀਗੇਟ ਕਰਨਗੇ ਤਾਂ ਪਤਾ ਚੱਲੇਗਾ ਕਿ ਕਿੰਨੀ ਇਹਦੇ ਵਿੱਚ ਕਰਪਸ਼ਨ ਹੋਈ ਹੈਗੀ ਹੈ। ਤਾਂ ਉਹ ਅੱਜ ਮੈਂ ਆਰਟੀਕਲ ਲਿਖਿਆ ਜਿਹਦੇ ਵਿੱਚ ਮੈਂ ਲਿਖਿਆ ਕਿ CBI ਇਹਨੂੰ ਇਨਵੈਸਟੀਗੇਟ ਕਰਨਾ ਚਾਹੁੰਦੀ ਹੈਗੀ ਹੈ। ਪਰ ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈਗੀ ਹੈ, ਜਾਂ ਭਗਵੰਤ ਮਾਨ ਹੀ ਕਹਿ ਲਓ, ਸਰਕਾਰ ਤਾਂ ਉੱਥੇ ਕੀ ਹੈ, ਇੱਕੋ ਹੀ ਬੰਦਾ ਚਲਾ ਰਿਹਾ ਹੈਗਾ ਉੱਥੇ ਸਰਕਾਰ, ਉਹ ਕੌਣ ਹੈ, ਉਹ ਜੇਲ੍ਹ 'ਚ ਬੈਠਾ ਹੋਇਆ ਕੇਜਰੀਵਾਲ ਹੈ। ਉੱਥੇ ਨਾ ਭਗਵੰਤ ਮਾਨ ਦੀ ਕੋਈ ਚੱਲਦੀ ਹੈਗੀ ਹੈ, ਨਾ ਹੋਰ ਕਿਸੇ ਦੀ ਚੱਲਦੀ ਹੈ, ਸਿਰਫ ਕੇਜਰੀਵਾਲ ਦੀ ਚੱਲਦੀ ਹੈ। ਔਰ ਇਹਦੇ ਵਿੱਚ ਕਈ ਹੋਰ ਲੋਕਾਂ ਦੇ ਨਾਮ ਆ ਰਹੇ ਹੈਗੇ, ਕੁਛ ਇਨਵੈਸਟੀਗੇਸ਼ਨ ਉਹਨੇ ਏਜੰਸੀਜ਼ ਨੇ ਸ਼ੁਰੂ ਕਰ ਵੀ ਦਿੱਤੀ ਹੈ ਪੰਜਾਬ ਦੇ ਵਿੱਚ, ਕਈ ਉਹਨਾਂ ਨੂੰ ਫੰਕਸ਼ਨਰੀਜ਼ ਨੂੰ ਇਨਵੈਸਟੀਗੇਟ, ਉਹਦਾ ਵੀ ਲਿੰਕ ਦਿੱਤਾ, ਉਹ ਤੁਸੀਂ ਲਿੰਕ ਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ। ਹੁਣ ਇਹ ਜਿਹੜੀ ਸ਼ਰਾਬ ਘੁਟਾਲਾ ਹੋਇਆ ਹੈਗਾ ਪੰਜਾਬ ਦੇ ਵਿੱਚ, ਇਹਨੂੰ ਇਨਵੈਸਟੀਗੇਟ ਕਰਨ ਵਾਸਤੇ ਅਗਰ CBI ਨੂੰ ਇਹ ਪਰਮਿਸ਼ਨ ਮਿਲ ਜਾਂਦੀ ਹੈ ਤਾਂ ਤੁਸੀਂ ਇਹ ਐਕਸਪੈਕਟ ਕਰ ਸਕਦੇ ਹੋ ਕਿ ਪੰਜਾਬ ਦੇ ਵੀ ਜਿਹੜੇ ਇਹ ਪੋਲੀਟੀਸ਼ੀਅਨਸ ਹੈਗੇ ਆ ਆਮ ਆਦਮੀ ਪਾਰਟੀ ਦੇ, ਇਹਨਾਂ ਵਿੱਚੋਂ ਕਈਆਂ ਨੂੰ ਜੇਲ੍ਹ ਹੋਏਗੀ। ਪਰ ਜੇਲ੍ਹ ਹੋਣ ਦਾ ਕੋਈ ਅੱਜ ਕੱਲ੍ਹ ਦੇ ਡੇਟ ਦੇ ਵਿੱਚ ਜ਼ਿਆਦਾ ਮਤਲਬ ਨਹੀਂ ਹੈਗਾ, ਕਿਉਂਕਿ ਇੰਡੀਆ ਦੇ ਜਿਹੜੇ ਕੋਰਟਸ ਹੈਗੇ ਉਹ ਇੰਨੇ ਬੇਈਮਾਨ ਹੈਗੇ ਹੈ ਕਿ ਉਹ ਬੇਲ ਦੇ ਦਿੰਦੇ ਹੈਗੇ ਈਜ਼ੀਲੀ ਪੈਸਾ ਰਿਕਵਰ। ਜੇਕਰ ED ਦੇ ਐਸਟੀਮੇਟਸ ਦੇ ਹਿਸਾਬ ਨਾਲ 2,500 ਕਰੋੜ ਰੁਪਏ ਦਾ ਸਟੇਟ ਐਕਸਚੈਕਰ ਨੂੰ ਲੋਸ ਹੋਇਆ ਹੈਗਾ, ਉਹ ਪੈਸਾ ਕਿੱਥੋਂ ਰਿਕਵਰ, ਉਹ ਤਾਂ ਸਾਡਾ ਪੈਸਾ ਹੈ, ਉਹ ਰਿਕਵਰ ਨਹੀਂ ਹੋਇਆ। ਔਰ ਬੇਲ ਦੇ ਦਿੱਤੀ ਦੇ ਮਨੀਸ਼ ਸਿਸੋਦੀਆ ਨੂੰ ਵੀ ਦਿੱਤੀ, ਸੰਜੇ ਸਿੰਘ ਨੂੰ ਵੀ, ਕੇਜਰੀਵਾਲ ਦਾ ਥੋੜ੍ਹਾ ਡਰਾਮਾ ਕਰ ਰਹੇ ਹੈ ਕੋਰਟ ਦੇ ਜੱਜ ਜਿਹੜੇ ਹੈਗੇ ਸੁਪਰੀਮ ਕੋਰਟ ਦੇ, ਇਹਨੂੰ ਵੀ ਦੇ ਦੇਣਗੇ ਜਲਦੀ ਬੇਲ, ਲੇਕਿਨ ਉਹ ਪੈਸਾ ਕਿੱਥੇ ਹੈ ਰਿਕਵਰ ਜਿਹੜਾ 100 ਕਰੋੜ ਰੁਪਇਆ ਤਾਂ ਸਿੱਧਾ CBI ਕਹਿ ਰਹੀ ਹੈ ਕਿ ਗੋਆ ਦੇ ਇਲੈਕਸ਼ਨ ਦੇ ਵਿੱਚ ਗਿਆ ਹੈਗਾ, ਔਰ ਉਹਦੇ ਵਿੱਚੋਂ ਕਰੀਬ 45 ਕਰੋੜ ਦੀ ਮਨੀ ਟ੍ਰੇਲ ਵੀ ਐਸਟੈਬਲਿਸ਼ ਕਰ ਦਿੱਤੀ ਹੈ। ਉਹ ਪੈਸਾ ਮਿਲਿਆ ਨਹੀਂ, ਬੇਲ ਦੇਈ ਜਾ ਰਹੇ, ਟ੍ਰਾਇਲ ਚੱਲਦਾ ਰਹੇਗਾ ਕਈ ਸਾਲਾਂ ਦੇ ਵਿੱਚ, ਪਤਾ ਨਹੀਂ 10 ਸਾਲ, 15 ਸਾਲ, 20 ਸਾਲ, ਤਦ ਤੱਕ ਅੱਧੇ ਤੋਂ ਜ਼ਿਆਦਾ ਬੰਦੇ ਮਰੀ ਜਾਣਗੇ। ਤਾਂ ਉਸ ਤੋਂ ਬਾਅਦ ਜੇਕਰ ਇਹਨਾਂ ਨੂੰ ਜੇਲ੍ਹ ਹੋਈ ਵੀ ਤਾਂ ਕੀ ਫਾਇਦਾ, ਪੈਸੇ ਤਾਂ ਰਿਕਵਰ ਹੋਏ ਨਹੀਂ। ਔਰ ਸੁਪਰੀਮ ਕੋਰਟ ਦੇ ਜੱਜ ਜਿਹੜੇ ਹੈਗੇ ਆ, ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ, ਜਾਂ ਬੇਈਮਾਨ ਹੈਗੇ ਆ। ਇੱਕ ਕਾਂਗਰਸ ਨੂੰ ਬਿਲੋਂਗ ਕਰਦਾ ਵਕੀਲ, ਉਹ ਸਾਰਿਆਂ ਨੂੰ ਬੇਲ ਦਿਲਵਾਈ ਜਾਂਦਾ ਹੈਗਾ, ਔਰ ਉਹਨੂੰ ਕਹਿ ਰਹੇ ਹੈਗੇ ਆ ਕਿ ਆਮ ਆਦਮੀ ਪਾਰਟੀ ਪਬਲਿਕ ਦਾ ਪੈਸਾ 67 ਕਰੋੜ ਰੁਪਇਆ ਦੇ ਰਹੀ ਹੈਗੀ ਹੈ ਉਸ ਵਕੀਲ ਨੂੰ। ਇਹ ਹੁਣ ਇਹ ਨਹੀਂ ਪਤਾ ਕਿ ਉਹਦੇ ਵਿੱਚੋਂ ਜੱਜਿਸ ਨੂੰ ਕਿੰਨਾ ਪੈਸਾ ਜਾਂਦਾ। ਇਹ ਮੈਂ ਕੀ ਕੀਤਾ ਹੈਗਾ, ਮੈਂ ਇੱਕ RTI ਐਪਲੀਕੇਸ਼ਨ ਮਈ ਦੇ ਵਿੱਚ ਪਾਈ ਸੀ ਕਿ ਵਕੀਲਾਂ ਨੂੰ ਇਹ ਆਮ ਆਦਮੀ ਪਾਰਟੀ ਵਾਲੇ, ਦਿੱਲੀ ਵਾਲੇ, ਕੇਜਰੀਵਾਲ, ਸਿਸੋਦੀਆ, ਰਾਘਵ ਚੱਡਾ, ਕਈ ਔਰ ਜਿਹੜੇ ਕੇਸਿਸ ਚੱਲ ਰਹੇ ਹੈਗੇ ਆ, ਵਕੀਲਾਂ ਨੂੰ ਕਿੰਨਾ ਪੈਸਾ ਦੇ ਰਹੇ। ਅੱਜ ਤੱਕ ਉਸ RTI ਦਾ ਜਵਾਬ ਨਹੀਂ ਆਇਆ ਮੇਰੇ ਕੋਲ, ਮੈਨੂੰ ਸਿਰਫ ਇੱਕ ਇੰਟਰਿਮ ਰਿਸਪੋਂਸ ਆਇਆ ਸੀ, ਉਹਦੇ ਵਿੱਚ ਕਿਹਾ ਸੀ ਕਿ ਸਾਡੇ ਕੋਲ ਇਨਫੋਰਮੇਸ਼ਨ ਨਹੀਂ, ਅਸੀਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਭੇਜਣਾ ਚਾਹੁੰਦੇ ਹਾਂ, ਉਹਨੂੰ ਵੀ 1.5 ਮਹੀਨਾ ਹੋ ਗਿਆ ਮੇਰੇ ਖਿਆਲ 'ਚ, ਅਤੇ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ। ਤਾਂ ਇਹ ਜਿਹੜੇ ਜੱਜ ਹੈਗੇ ਆ, ਮੈਂ ਕੋਰਟਸ ਦੇ ਉੱਤੇ ਜਾਂ ਜਸਟਿਸ ਸਿਸਟਮ ਦੇ ਉੱਤੇ ਬਹੁਤ ਜ਼ਿਆਦਾ ਲਿਖਦਾ, ਔਰ ਹੁਣੇ ਮੈਂ ਇੱਕ ਰੀਸੈਂਟਲੀ ਕੰਪ੍ਰੀਹੈਂਸਿਵ ਰਿਸਰਚ ਰਿਪੋਰਟ ਵੀ ਜਸਟਿਸ ਸਿਸਟਮ ਦੇ ਉੱਤੇ ਕੱਢੀ ਹੈਗੀ ਹੈ।
ਇੰਡੀਆ ਜਸਟਿਸ ਰਿਸਰਚ ਰਿਪੋਰਟ 2024 ਉਹਦਾ ਵੀ ਲਿੰਕ ਮੈਂ ਇਹਦੇ ਥੱਲੇ ਵੀਡੀਓ 'ਤੇ ਛੱਡ ਦਾਂਗਾ, ਉਹਨੂੰ ਵੀ ਤੁਸੀਂ ਪੜ੍ਹੋ ਕਿ ਕਿੰਨੀ ਕੋਰਟਾਂ ਦੇ ਵਿੱਚ ਕਰਪਸ਼ਨ ਹੈਗੀ ਹੈ। ਇਹ ਬੇਲ ਤਾਂ ਹੋ ਹੀ ਨਹੀਂ ਸਕਦੀ ਹੈਗੀ ਕਦੀ ਵੀ ਜਿੰਨੀ ਦੇਰ ਤੱਕ ਪੈਸਾ ਨਹੀਂ ਰਿਕਵਰ। ਪੈਸਾ ਕਿੱਥੇ ਹੈ? ਇਹ ਕੋਰਟ ਦੇ ਜੱਜ ਐਸਾ ਡਰਾਮਾ ਕਰ ਕਰਕੇ ਬਹਾਨੇ ਲਗਾ ਲਗਾ ਕੇ ਸਾਰਿਆਂ ਨੂੰ ਬੇਲ, ਜਿੰਨੇ ਇਨਫਲੂਐਂਸ਼ਲ ਪੋਲੀਟੀਸ਼ੀਅਨਸ ਹੈਗੇ, ਰਿਚ ਪੋਲੀਟੀਸ਼ੀਅਨਸ ਹੈ, ਉਹਨਾਂ ਸਾਰਿਆਂ ਨੂੰ ਬੇਲ ਦੇਈ ਜਾ ਰਹੇ, ਔਰ ਜ਼ਿਆਦਾਤਰ ਹੈ ਕਰਪਸ਼ਨ ਸਕੈਂਡਲਸ ਦੇ ਵਿੱਚ ਫਸੇ ਹੋਏ ਆ, ਉਹਨਾਂ ਸਾਰਿਆਂ ਨੂੰ ਬੇਲ, ਕਿਉਂਕਿ ਕਰੋੜਾਂ ਰੁਪਇਆ ਵਕੀਲ ਨੂੰ ਆਉਂਦਾ, ਉਹਨਾਂ ਉਹਦੇ ਵਿੱਚੋਂ ਕਈ ਕਈ ਕਿਤਨਾ ਪੈਸਾ ਉਹਨਾਂ ਨੂੰ ਜੱਜਾਂ ਨੂੰ ਜਾ ਸਕਦਾ ਉਹ ਸਾਨੂੰ ਪਤਾ ਹੀ ਨਹੀਂ, ਕਿਉਂਕਿ ਟਰਾਂਸਪੇਰੈਂਟ ਤਾਂ ਕੁਛ ਹੈ ਹੀ ਨਹੀਂ। ਜੇਕਰ ਕਿਸੇ ਜੱਜ ਨੂੰ ਬਰਾਈਬ ਜਾਂਦੀ ਹੈ, ਉਹਨੂੰ ਅਸੀਂ ਟਰੈਕ ਥੋੜ੍ਹਾ ਕਰ ਸਕਦੇ ਹਾਂ? ਉਹਦੇ ਘਰ 'ਚ ਥੋੜ੍ਹਾ ਬੈਠੇ ਹਾਂ? ਸੀਸੀਟੀਵੀ ਕੈਮਰੇ ਦੀ ਫੁਟੇਜ ਥੋੜ੍ਹਾ ਲੈ ਸਕਦੇ ਹਾਂ ਅਸੀਂ? ਉਹ ਤਾਂ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦਾ, ਜਦ ਉਹ ਜੱਜਮੈਂਟ ਗਲਤ ਦਿੰਦੇ ਹੈ ਉਸ ਤੋਂ ਹੀ ਪਤਾ ਚੱਲਦਾ ਕਿ ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਜਿਹੜਾ ਲਾਅ ਹੈਗਾ ਉਹਦੇ ਹਿਸਾਬ ਨਾਲ ਉਹੀ ਕਰਪਸ਼ਨ ਹੈ। ਦੈਟ ਇਜ਼ ਦਾ ਸਰਕਮਸਟੈਂਸ਼ੀਅਲ ਐਵੀਡੈਂਸ ਇਨ ਦਿਸ ਕੇਸ ਦੈਟ ਕਰਪਸ਼ਨ ਹੈਜ਼ ਬੀਨ ਕਮਿਟਿਡ ਬਾਏ ਦਿਸ ਜੱਜ। ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ। ਮੈਨੂੰ ਜੱਜਾਂ ਦੇ ਖਿਲਾਫ਼ ਵੀ ਮੈਂ ਪਾਉਂਦਾ ਕੰਪਲੇਂਟਸ ਸੁਪਰੀਮ ਕੋਰਟ ਦੇ ਕਰਪਸ਼ਨ ਇਨਕੁਆਇਰੀਜ਼ ਦੇ ਉੱਤੇ। ਤਾਂ ਇਹ ਜਿਹੜਾ ਹੈਗਾ, ਹੁਣ ਤੁਸੀਂ ਇਹ ਦੇਖੋ, ਇਹਨਾਂ ਨੂੰ ਸਾਰਿਆਂ ਨੂੰ ਬੇਲ ਮਿਲੀ ਜਾਂਦੀ ਹੈ ਜਿਹਦੇ ਵਿੱਚ ਇੰਨਾ ਵੱਡਾ ਸਕੈਂਡਲ ਹੈ, ਔਰ ਇੱਕ ਬੰਦਾ ਹੈਗਾ ਉਮਰ ਖਾਲਿਦ, ਉਹ ਸਟੂਡੈਂਟ ਸੀ ਵਿਚਾਰਾ, ਉਹਨੇ ਕੋਈ ਇਸ ਤਰ੍ਹਾਂ ਭਾਸ਼ਣ ਦਿੱਤਾ ਸੀ ਕਿਸੇ ਜਗ੍ਹਾ 'ਤੇ ਖੜ੍ਹੇ ਹੋ ਕੇ, ਉਹਨੂੰ 4 ਸਾਲ ਤੋਂ ਜੇਲ੍ਹ ਦੇ ਵਿੱਚ 14-15 ਵਾਰੀ ਉਹਦੀ ਬੇਲ ਰਿਜੈਕਟ ਹੋ ਚੁੱਕੀ ਹੈ, ਜਦਕਿ ਸੁਪਰੀਮ ਕੋਰਟ ਕਹਿੰਦਾ ਕਿ ਬੇਲ ਇਜ਼ ਦਾ ਰੂਲ, ਜੇਲ ਇਜ਼ ਐਕਸੈਪਸ਼ਨ, ਯਾਨੀ ਕਿ ਕੁਛ ਕੇਸਿਸ ਜੇਲ੍ਹ ਜਾਏਗੇ ਬਾਕੀ ਬੇਲ ਮਿਲ ਜਾਏਗੀ। ਉਹਨਾਂ ਨੂੰ ਤਾਂ ਮਿਲ ਨਹੀਂ ਰਹੀ ਕਿਉਂਕਿ ਉਹ ਅਮੀਰ ਨਹੀਂ ਹੈਗਾ ਬੰਦਾ, ਉਮਰ ਖਾਲਿਦ, ਉਹਨੂੰ ਨਹੀਂ ਬੇਲ ਮਿਲ ਰਹੀ, 4 ਸਾਲ ਤੋਂ ਲਟਕਿਆ ਹੋਇਆ ਵਿਚਾਰਾ ਜੇਲ੍ਹ ਦੇ ਵਿੱਚ। ਇਹ ਹੈਗਾ ਅੰਮ੍ਰਿਤਪਾਲ ਸਿੰਘ, ਇਹਦਾ ਕੋਈ ਐਵੀਡੈਂਸ ਨਹੀਂ ਮਿਲਿਆ ਹੈਗਾ, NSA ਲਗਾ ਕੇ 1.5 ਸਾਲ ਤੋਂ ਇਹਨੂੰ ਉੱਥੇ ਬੰਦ ਕੀਤਾ ਹੈਗਾ। ਇਹਨਾਂ ਨੂੰ ਬੇਈਮਾਨਾਂ ਨੂੰ ਜਿਨ੍ਹਾਂ ਦੇ ਖਿਲਾਫ਼ ਕਾਫ਼ੀ ਡਾਇਰੈਕਟ ਔਰ ਸਰਕਮਸਟੈਂਸ਼ੀਅਲ ਐਵੀਡੈਂਸ ਹੈ, ਹਰੇਕ ਏਜੰਸੀ ਕੋਰਟ ਦੇ ਵਿੱਚ ਕਹਿ ਰਹੀ ਹੈਗੀ ਹੈ, ਦਿਖਾ ਰਹੀ ਹੈਗੀ ਹੈ ਕਿ ਇਹ ਐਵੀਡੈਂਸ ਹੈਗਾ, ਇਹ ਵਿਟਨੈਸਿਸ ਹੈਗੇ ਹੈ, ਉਹਨਾਂ ਨੂੰ ਬੇਲ ਦੇਈ ਜਾ ਰਹੇ ਹੈ ਕੋਰਟ ਦੇ ਜੱਜਿਸ। ਤੁਹਾਨੂੰ ਪਤਾ ਚੱਲ ਰਿਹਾ ਕਿ ਕਿੰਨੀ ਬੇਈਮਾਨੀ ਚੱਲ ਰਹੀ ਹੈ ਹਿੰਦੁਸਤਾਨ ਦੇ ਕੋਰਟਾਂ ਦੇ ਵਿੱਚ। ਤਾਂ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਆਵਾਜ਼ ਚੁੱਕਣੀ ਪਏਗੀ। ਤਾਂ ਇਹ ਤੁਸੀਂ ਅੱਜ ਦੇ ਵੀਡੀਓ ਵਿੱਚ ਮੈਂ ਇੰਨਾ ਹੀ ਕਹਿਣਾ ਸੀ ਕਿ ਵੀ ਇਹ ਜਿਹੜੀ ਪੰਜਾਬ ਦਾ ਲਿਕਰ ਸਕੈਮ ਹੈਗਾ, ਇਹਦੇ ਉੱਤੇ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੋਲੋ ਉੱਥੇ ਜਿਹੜੇ ਪੰਜਾਬ ਦੇ ਵਿੱਚ ਬੰਦੇ ਬੈਠੇ, ਬਾਹਰ ਵਾਲਿਆਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਤੁਸੀਂ ਬੋਲੋ ਜਿਹੜੇ ਪੰਜਾਬ ਦੇ ਵਿੱਚ ਬੈਠੇ ਹੈਗੇ ਹੈ। ਜਰਨਲਿਸਟ ਤਾਂ ਉੱਥੇ ਮੇਰੇ ਖਿਆਲ ਹੈ ਹੀ ਨਹੀਂ ਅੱਜ ਕੱਲ੍ਹ ਕੋਈ, ਇਸ ਤਰ੍ਹਾਂ ਕੋਈ ਵੀਡੀਓ ਵੂਡੀਓ ਬਣਾਉਣ ਵਾਲੇ ਹੁੰਦੇ ਆ ਜਿਹੜੇ ਯੂਟਿਊਬ ਦੇ ਉੱਤੇ ਪਾਉਂਦੇ, ਜਰਨਲਿਸਟ ਤਾਂ ਹੈ ਹੀ ਨਹੀਂ ਕੋਈ ਵੀ ਉੱਥੇ, ਕਿ ਜਿਹੜਾ ਇਨਵੈਸਟੀਗੇਟ ਕਰਕੇ ਇਹ ਸਾਰਾ ਉੱਥੇ ਆਪਣੇ ਉਹਦੇ 'ਚ ਅਖਬਾਰ 'ਚ ਜਾਂ ਚੈਨਲ 'ਚ ਲਿਖ ਸਕੇ। ਉਹ ਤਾਂ ਕਿਵੇਂ ਵੇਖਦੇ ਹੋ ਜੀ, ਕਿਵੇਂ ਵੇਖਦੇ ਹੋ ਵਾਲੇ ਜਰਨਲਿਸਟ ਹੈਗੇ ਆ, ਕੁਛ ਵੀ ਕਹਿ ਕੇ ਉਹਨਾਂ ਨੇ ਇਹ ਕਿਹਾ ਕਿਵੇਂ ਵੇਖਦੇ ਹੋ, ਫਿਰ ਦੂਜੇ ਕੋਲ ਚਲ ਜਾਣਗੇ, ਉਹਨਾਂ ਨੇ ਇੰਝ ਕਿਹਾ ਕਿਵੇਂ ਵੇਖਦੇ ਹੋ, ਇਹ ਕੋਈ ਜਰਨਲਿਜ਼ਮ ਹੈਗਾ? ਇਸ ਤੋਂ ਚੰਗਾ ਤਾਂ ਤੁਸੀਂ ਘਰ ਬਹਿ ਜਾਓ ਜਾਂ ਗੁਰਦੁਆਰੇ 'ਚ ਬਹਿ ਕੇ ਭਜਨ ਭੁਜਨ ਗਾਓ। ਤਾਂ ਇਹ ਕੋਈ ਉੱਥੇ ਜਰਨਲਿਜ਼ਮ ਨਹੀਂ ਹੈਗਾ। ਅਤੇ ਮੈਂ ਆਮ ਬੰਦਿਆਂ ਨੂੰ ਕਹਿੰਦਾ ਹੈਗਾ ਵਾਂ ਕਿ ਤੁਹਾਨੂੰ ਆਵਾਜ਼ ਚੁੱਕਣੀ ਪਏਗੀ ਜੇ ਤੁਸੀਂ ਕਰਪਸ਼ਨ ਤੋਂ ਉੱਥੋਂ ਛੁਟਕਾਰਾ ਪਾਉਣਾ, ਨਹੀਂ ਤਾਂ ਤੁਹਾਡੇ ਉੱਤੇ ਇਹ ਕਰਜ਼ਾ ਵਧੀ ਜਾ ਰਿਹਾ ਹੈਗਾ, ਵਧੀ ਜਾ ਰਿਹਾ ਹੈਗਾ। 375,000 ਕਰੋੜ ਰੁਪਇਆ ਪੰਜਾਬ ਦੇ ਉੱਤੇ ਕਰਜ਼ਾ ਹੋ ਗਿਆ। ਇਹ ਕਿਉਂਕਿ ਸਰਕਾਰ ਬੜੀ ਕਰਪਟ ਹੈਗੀ ਹੈ, ਇਸ ਲਈ ਹੋਇਆ। ਤਾਂ ਇਸ ਤੋਂ ਬਚਣ ਵਾਸਤੇ, ਉੱਥੇ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਕੁਛ ਵੀ ਕਰੋ, ਸੜਕਾਂ ਦੇ ਉੱਤੇ ਆਓ, ਤਾਂ ਹੀ ਇਹ ਕਰਪਸ਼ਨ ਖਤਮ ਹੋਏਗੀ। ਤਾਂ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ, ਇਹ ਲੰਬਾ ਹੋ ਰਿਹਾ ਵੀਡੀਓ, ਹੁਣ ਮੈਂ ਇਹਨੂੰ ਖਤਮ ਕਰ ਰਿਹਾ, ਪਰ ਇਹਦੇ ਥੱਲੇ ਮੈਂ ਕੁਛ ਲਿੰਕ ਛੱਡਾਂਗਾ,
ਉਹਨਾਂ ਨੂੰ ਤੁਸੀਂ ਜ਼ਰੂਰ ਪੜ੍ਹਨਾ, ਉਹ ਇੰਗਲਿਸ਼ ਦੇ ਵਿੱਚ ਹੈ ਪਰ ਤੁਸੀਂ ਉਹਨੂੰ ਅੱਜ ਕੱਲ੍ਹ ਗੂਗਲ ਦੇ ਉੱਤੇ ਟਰਾਂਸਲੇਸ਼ਨ ਹੋ ਜਾਂਦੀ ਹੈ, ਟਰਾਂਸਲੇਟ ਕਰਕੇ ਵੀ ਪੜ੍ਹ ਸਕਦੇ ਹੋ ਉਹਨੂੰ, ਪੰਜਾਬੀ ਹਿੰਦੀ ਕਿਸੇ ਲੈਂਗੁਏਜ 'ਚ ਪੜ੍ਹ ਸਕਦੇ ਹੋ। ਜੇ ਇੰਗਲਿਸ਼ 'ਚ ਪੜ੍ਹ ਸਕਦੇ ਹੋ ਤਾਂ ਬੜੀ ਚੰਗੀ ਗੱਲ ਹੈ। ਔਰ ਉਹਦੇ ਇੱਕੋ ਹੀ ਲਿੰਕ ਜਿਹੜਾ ਅੱਜ ਵਾਲੇ ਆਰਟੀਕਲ ਦਾ ਹੈਗਾ ਪੰਜਾਬ ਲੀਕਰ ਸਕੈਮ ਦੇ ਉੱਤੇ, ਉਹਦਾ ਇੱਕ ਹੀ ਲਿੰਕ ਕਲਿੱਕ ਕਰੋਗੇ ਤਾਂ ਉਹਦੇ ਵਿੱਚ ਸਾਰੇ ਲਿੰਕਸ ਦੇ ਪਾਏ ਹੋਏ ਮੈਂ, ਜਿਹਦੇ ਉੱਤੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਕਰਪਸ਼ਨ ਸਕੈਂਡਲਸ ਦਾ ਪਤਾ ਚੱਲਦਾ ਹੈਗਾ ਔਰ ਕਿਹੜੇ ਕਿਹੜੇ ਲੋਕ ਫਸੇ ਹੋਏ ਆ ਇਹਦੇ ਵਿੱਚ। ਤਾਂ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ। ਥੈਂਕਸ ਫੋਰ ਵਾਚਿੰਗ। ਔਰ ਹਾਂ, ਇਹਨੂੰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਕਦੀ ਕਦੀ। ਇਹ ਮੇਰੇ ਜਿਹੜੇ ਸਬਸਕ੍ਰਾਈਬਰਸ ਹੈਗੇ ਆ ਉਹ ਬੜੇ ਹੌਲੀ 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 ਵੱਧ ਰਹੇ, ਤਾਂ ਇਹਨੂੰ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਔਰ ਮੈਂ ਹੋਰ ਵੀਡੀਓ ਪਾਉਂਦਾ ਰਹਾਂਗਾ। ਸੋ ਥੈਂਕਸ ਫੋਰ ਵਾਚਿੰਗ।